ਤੁਸੀਂ ਵੇਖ ਰਹੇ ਹੋ ਲਿਬਰਲ ਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਮੁੱਦਾ ਬਹੁਤ ਗੰਭੀਰ ਹੈ ਜਨਾਬ। ਬੰਦਾ ਦੁੱਧ ਲਿਆਵੇ, ਬੰਦਾ ਦੁੱਧ ਉਬਾਲੇ ਕਿ ਲੈ ਪਾਈਏ ਤਾਂ ਪਰ ਮਲਾਈ ਆਊਗੀ ਅਤੇ ਬਾਅਦ 'ਚੋਂ ਦੁੱਧ ਫਟ ਜਾਵੇ ਜਨਾਬ। ਬੰਦਾ ਗਵਾਰੇ 'ਚ ਹਵਾ ਭਰੇ ਅਤੇ ਇੰਨੀ ਭਰੇ ਕਿ ਲੈ ਵੀ ਸਭ ਤੋਂ ਬੜਾ ਗਵਾਰਾ ਮੇਰਾ ਹੀ ਹੋਵੇ ਅਤੇ ਗਵਾਰਾ ਫੁੱਟ ਜਾਵੇ। ਬੰਦਾ ਸਕੀਮ ਲਾਵੇ ਕਿ ਭਾਈ ਮੈਂ ਸਭ ਤੋਂ ਬੜਾ ਬੰਦਾ ਬਣ ਜਾਣਾ ਅਤੇ ਅਚਾਨਕ ਅਰਸ਼ ਤੋਂ ਫਰਸ਼ 'ਤੇ ਆ ਡਿੱਗੇ। ਤੁਸੀਂ ਕਹੋਗੇ ਆਹ ਕੀ ਉਦਾਹਰਣ ਆਈਆਂ ਦੇਈ ਜਾਂਦੇ ਹੋ ਜਨਾਬ। ਮੈਂ ਗੱਲ ਕਰ ਰਿਹਾ ਅਡਾਨੀ ਸਾਹਿਬ ਦੀ। ਅਡਾਨੀ ਜੀ ਅਸਮਾਨ 'ਚ ਉਡਾਰੀਆਂ ਮਾਰ ਰਹੇ ਸੀ, ਵਿਸ਼ਵ ਭਰ ਦੇ ਵਿੱਚ ਸਭ ਤੋਂ ਅਮੀਰਾਂ ਦੇ ਵਿੱਚ ਤੀਜੇ ਨੰਬਰ 'ਤੇ, ਕਹਿੰਦੇ ਛੇਤੀ ਉਹ ਦੂਏ 'ਤੇ ਜਾਣਗੇ ਫਿਰ ਪਹਿਲੇ ਨੰਬਰ 'ਤੇ ਆ ਜਾਣਗੇ, ਅਤੇ ਇੱਕਦਮ ਅਰਸ਼ ਤੋਂ ਫਰਸ਼ 'ਤੇ ਆਏ ਅਤੇ ਸੱਤਵੇਂ ਨੰਬਰ 'ਤੇ ਆ ਗਏ। ਅਮਰੀਕਾ ਦੀ ਇੱਕ ਰਿਪੋਰਟ, ਅਤੇ ਉਸ ਰਿਪੋਰਟ ਨੇ ਇਹ ਤਰਥੱਲੀ ਮਚਾ ਦਿੱਤੀ ਕਿ ਭਾਰਤ ਦੇ ਵਿੱਚ ਅਡਾਨੀ ਨਾਂ ਦਾ ਸ਼ਖਸ, ਅਡਾਨੀ ਗਰੁੱਪ ਦੀਆਂ ਕੰਪਨੀਆਂ ਪੂਰੀ ਤਰ੍ਹਾਂ ਕਰਜ਼ੇ 'ਚ ਡੁੱਬੀਆਂ ਨੇ ਅਤੇ ਉਹ ਸਾਰਾ ਕਰਜ਼ੇ ਦਾ ਖੇਡ ਲੋਕਾਂ ਦੇ ਸਿਰਾਂ ਤੋਂ ਚੱਲਦਾ। ਅਤੇ ਇਸ ਹਵਾਲੇ ਨਾਲ ਉਹ ਰਿਪੋਰਟ ਨੇ ਇਹੋ ਜਿਹੀ ਤਰਥੱਲੀ ਮਚਾਈ ਕਿ ਗਰੁੱਪ ਦੇ ਅਡਾਨੀ ਕੰਪਨੀ ਦੇ ਗਰੁੱਪ ਦੇ ਸ਼ੇਅਰ ਧੜਾਧੜ ਡਿੱਗਣੇ ਸ਼ੁਰੂ ਹੋਏ ਅਤੇ ਉਹਦੇ ਨਾਲ ਕੰਪਨੀ ਦੀ ਸ਼ਾਖ ਡਿੱਗੀ ਅਤੇ ਅਡਾਨੀ ਦੁਨੀਆ ਦੇ ਤੀਜੇ ਨੰਬਰ ਦੇ ਅਮੀਰ ਵਾਲੀ ਪਦਵੀ ਤੋਂ ਖਿਸਕ ਕੇ ਸੱਤਵੇਂ ਨੰਬਰ ਵਾਲੀ 'ਤੇ ਆ ਗਿਆ। ਸਵੇਰ ਤੱਕ ਹੋਰ ਥੱਲੇ ਆ ਜਾਵੇ ਸਾਨੂੰ ਪਤਾ ਨਹੀਂ। ਚਲੋ ਕੀ ਹੈ ਪੂਰਾ ਮਾਮਲਾ, ਕੀ ਹੈ ਪੂਰੀ ਕਹਾਣੀ, ਲਓ ਪਹਿਲਾਂ ਰਿਪੋਰਟ ਸਮਝੋ। ਇੱਕ ਰਿਪੋਰਟ ਨੇ ਅਡਾਨੀ ਨੂੰ 1.32 ਲੱਖ ਕਰੋੜ ਦਾ ਨੁਕਸਾਨ ਕਰਤਾ, ਕਹਿੰਦੇ ਜੀ ਸਿਰਫ ਇੱਕ ਰਿਪੋਰਟ ਨੇ 1.32 ਲੱਖ ਕਰੋੜ ਦਾ ਨੁਕਸਾਨ ਕਰਤਾ। ਹੋਰ ਛੱਡੋ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੋਈ ਆ, ਜਿਨ੍ਹਾਂ ਲੋਕਾਂ ਦੇ ਅਡਾਨੀ ਕੰਪਨੀ ਦੇ ਵਿੱਚ ਇਨਵੈਸਟਮੈਂਟ ਹੈ, ਪੈਸਾ ਲਾਇਆ, ਸ਼ੇਅਰ ਹੋਲਡਰ ਨੇ, ਉਹਨਾਂ ਦੀ ਸਥਿਤੀ 2.75 ਲੱਖ ਕਰੋੜ ਦਾ ਨੁਕਸਾਨ ਹੋ ਗਿਆ, ਉਹਨਾਂ ਦਾ ਡੁੱਬ ਗਏ ਪੈਸੇ। ਅਤੇ ਅਮੀਰਾਂ ਦੀ ਲਿਸਟ 'ਚ ਅਡਾਨੀ ਜੀ ਸੱਤਵੇਂ ਨੰਬਰ ਤੋਂ ਖਿਸਕ ਕੇ 30 ਨੰਬਰ 'ਤੇ ਆ ਗਏ। ਬਿਲਕੁਲ ਜੀ, 25 ਜਨਵਰੀ ਨੂੰ ਅਡਾਨੀ ਜੀ 30 ਨੰਬਰ 'ਤੇ ਸੀ ਦੁਨੀਆ ਭਰ 'ਚ, ਅਤੇ ਆਮਦਨ 9.20 ਲੱਖ ਕਰੋੜ ਅਤੇ ਅੱਜ 7.88 ਲੱਖ ਕਰੋੜ। ਬਹੁਤ ਹੈ, ਪਰ ਸਵਾਲ ਇਹ ਹੈ ਕਿ ਇੱਕ ਦਿਨ ਦੇ ਵਿੱਚ ਜਾਂ ਪਿਛਲੇ 3-4 ਦਿਨਾਂ ਦੇ ਵਿੱਚ 1.32 ਲੱਖ ਕਰੋੜ ਦਾ ਨੁਕਸਾਨ ਹੋ ਜਾਣਾ ਅਤੇ ਇਨਵੈਸਟਰਾਂ ਦਾ 2.75 ਲੱਖ ਕਰੋੜ, ਮਤਲਬ ਲਗਭਗ 3 ਲੱਖ ਕਰੋੜ ਦੇ ਕਰੀਬ ਨੁਕਸਾਨ ਹੋ ਜਾਣਾ ਅਤੇ ਕੁੱਲ ਮਿਲਾ ਕੇ 2.75 ਲੱਖ ਆਏ, 1.32 ਲੱਖ ਉਹ ਹੈ, ਤਾਂ ਹਿਸਾਬ ਲਾ ਲਓ 5 ਕੁ ਲੱਖ ਕਰੋੜ ਦਾ ਨੁਕਸਾਨ। ਚਲੋ ਕੀ ਹੈ ਪੂਰੀ ਕਹਾਣੀ, ਕੰਪਨੀਆਂ ਉੱਤੇ ਕਰਜ਼ ਦੀ ਇੱਕ ਰਿਪੋਰਟ ਸਾਹਮਣੇ ਆਉਂਦੀ ਆ ਕਿ ਅਡਾਨੀ ਗਰੁੱਪ ਦੀਆਂ ਕੰਪਨੀਆਂ ਪੂਰੀ ਤਰ੍ਹਾਂ ਕਰਜ਼ੇ ਨਾਲ ਨੇ, ਮਤਲਬ ਲੋਕਾਂ ਦੇ ਪੈਸੇ ਨਾਲ ਚੱਲਦੀਆਂ ਨੇ, ਚਾਹੇ ਉਹ ਸ਼ੇਅਰ ਮਾਰਕੀਟ ਰਾਹੀਂ ਪੈਸਾ ਇਕੱਠਾ ਕੀਤਾ ਹੋਵੇ ਅਤੇ ਚਾਹੇ ਫਿਰ ਬੈਂਕਾਂ 'ਚੋਂ ਲੋਨ ਲਿਆ ਹੋਵੇ, ਪੈਸਾ ਤਾਂ ਲੋਕਾਂ ਦਾ ਹੀ ਹੈ ਜਨਾਬ। ਸੋ ਫਿਰ ਕਹਿੰਦੇ ਜੀ ਗੁਬਾਰਾ ਭੜਿਆ ਸੀ ਕਿ ਸਭ ਤੋਂ ਬੜਾ ਗੁਬਾਰਾ ਮੇਰਾ, ਪਤਾ ਜਦੇ ਲੱਗਿਆ ਜਦੋਂ ਗੁਬਾਰੇ ਦੀ ਹਵਾ ਨਿਕਲ ਗਈ। ਚਲੋ ਪਹਿਲਾਂ ਆਪਾਂ ਰਿਪੋਰਟ ਸਮਝਦੇ ਹਾਂ। ਕੰਪਨੀ ਉੱਤੇ ਕਰਜ਼ੇ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਧੜਾਧੜ ਡਿੱਗਣੇ ਸ਼ੁਰੂ ਹੋ ਗਏ। ਅਡਾਨੀ ਟੋਟਲ ਗੈਸ ਅਤੇ ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ ਦੇ ਵਿੱਚ 20% ਸ਼ੇਅਰ ਥੱਲੇ ਡਿੱਗ ਗਏ ਜਨਾਬ। ਸਮਝ ਆ ਗਈ ਗੱਲ? ਜੀ ਹਾਂ। ਸੋ 20% ਸ਼ੇਅਰ ਮਾਰਕੀਟ 'ਚ ਥੱਲੇ ਆ ਗਏ, ਚਾਹੇ ਟੋਟਲ ਗੈਸ ਵਾਲੇ ਹੋਣ ਚਾਹੇ ਅਡਾਨੀ ਟਰਾਂਸਮਿਸ਼ਨ ਵਾਲੇ ਹੋਣ। ਗਿਰਾਵਟ ਦਾ ਦੌਰ ਤਦ ਤੋਂ ਸ਼ੁਰੂ ਹੋਇਆ ਜਦ ਫਾਰਮੈਸਿਕ ਫਾਈਨੈਂਸ਼ੀਅਲ ਰਿਸਰਚ ਫਰਮ ਹੇਡਨਬਰਗ ਨਾਂ ਦੇ ਸ਼ਖਸੀਅਤ ਵੱਲੋਂ, ਜਿਹੜੀ ਅਮਰੀਕਾ ਦੀ ਕੰਪਨੀ ਹੈ ਫਰੈਸੈਸਿਕ ਫਾਈਨੈਂਸ਼ੀਅਲ ਰਿਸਰਚ, ਜਿਹੜੀ ਫਾਈਨੈਂਸ਼ੀਅਲ ਕੰਪਨੀਆਂ ਨੂੰ ਲੈ ਕੇ ਸਰਵੇ ਕਰਦੀ ਆ, ਰਿਪੋਰਟਾਂ ਤਿਆਰ ਕਰਦੀ ਆ, ਉਸ ਦੀ ਇਹ ਰਿਪੋਰਟ ਅਡਾਨੀ ਦੇ ਹਵਾਲੇ ਨਾਲ, ਅਡਾਨੀ ਦੇ ਕਾਰੋਬਾਰ ਦੇ ਹਵਾਲੇ ਨਾਲ, ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਹਵਾਲੇ ਜਦੋਂ ਸਾਹਮਣੇ ਆਈ ਤਾਂ ਹਿਡਨਬਰਗ ਨੇ ਆਪਣੀ ਰਿਪੋਰਟ 'ਚ ਅਡਾਨੀ ਗਰੁੱਪ ਉੱਤੇ ਧੋਖਾਧੜੀ ਕਰਨ ਦੇ ਦੋਸ਼ ਲਾਏ ਨੇ। ਜਨਾਬ ਇਹ ਅਸੀਂ ਨਹੀਂ ਲਾ ਰਹੇ, ਇਹ ਅਮਰੀਕਾ ਦੀ ਉਹ ਕੰਪਨੀ ਦੀ ਰਿਪੋਰਟ ਦੋਸ਼ ਲਾ ਰਹੀ ਆ ਕਿ ਅਡਾਨੀ ਨੇ ਸਾਰਾ ਖੇਡ ਧੋਖਾਧੜੀ ਨਾਲ ਰਚਿਆ, ਪੈਸੇ ਦੇ ਲੈਣ ਦੇਣ 'ਚ ਸਾਰੀ ਗੜਬੜ ਹੈ, ਲੋਨ 'ਚ ਸਾਰੀ ਗੜਬੜ ਹੈ, ਅਤੇ ਇਸ ਹਵਾ ਦਾ ਗਵਾਰਾ। ਕਹਿੰਦੇ ਅਡਾਨੀ ਗਰੁੱਪ 'ਤੇ ਇਸ ਦਾ ਵੱਡਾ ਅਸਰ ਪਿਆ ਅਤੇ ਇਸ ਰਿਪੋਰਟ ਦੇ ਖੁਲਾਸਾ ਹੋਣ ਤੋਂ ਬਾਅਦ ਥੱਲੀ ਮੱਚ ਗਈ। ਅਡਾਨੀ ਦੀ ਨੈੱਟਵਰਥ ਜਿਹੜੀ ਬੁੱਧਵਾਰ ਨੂੰ ਸੀਗੀ
ਉਹ ਤੋਂ ਬੁੱਧਵਾਰ ਤੋਂ ਲੈ ਕੇ ਹੁਣ ਤੱਕ ਯਾਨੀ ਕਿ ਪਿਛਲੇ 3 ਦਿਨਾਂ 'ਚ 10% ਤੋਂ ਜ਼ਿਆਦਾ ਦੀ ਗਿਰਾਵਟ ਆ ਗਈ, 10% ਗਿਰ ਗਈ, 10% ਤੋਂ ਜ਼ਿਆਦਾ ਗਿਰਾਵਟ। ਬਲੂਬਰਗ ਬਲੇਰੀਅੰਸ ਇੰਡੈਕਸ ਦੇ ਮੁਤਾਬਕ ਅਡਾਨੀ ਨੂੰ ਹੁਣ ਤੱਕ 1.32 ਲੱਖ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਿਆ। ਅਡਾਨੀ ਦੀ ਕੰਪਨੀਆਂ 'ਚ ਮਾਰਕੀਟ ਕੈਪ ਵੀ ਘੱਟ ਹੋਈ ਹੈ, ਜਿਸ ਦੇ ਚੱਲਦੇ ਇਨਵੈਸਟਰਾਂ ਦਾ ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ ਹੋਇਆ, ਪੈਸਾ ਲਾਇਆ ਹੋਇਆ ਇਹਦੀਆਂ ਕੰਪਨੀਆਂ 'ਚ, ਉਹਨਾਂ ਦਾ 3.25 ਲੱਖ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ। ਫਰਸੈਸਿਕ ਫਾਈਨੈਂਸ਼ੀਅਲ ਰਿਸਰਚ ਫਰਮ ਹੈਡਨਬਰਗ ਦੀ ਨੇ ਬੁੱਧਵਾਰ ਨੂੰ ਰਿਪੋਰਟ ਜਾਰੀ ਕੀਤੀ। ਉਹ ਤੋਂ ਬਾਅਦ ਧੜਾਧੜ ਸ਼ੇਅਰ ਗਿਰਦੇ ਆ ਰਹੇ ਨੇ। ਅਡਾਨੀ ਗਰੁੱਪ ਦੀਆਂ ਸਾਰੀਆਂ 7 ਜਿਹੜੀਆਂ ਨਾਮੀ ਕੰਪਨੀਆਂ ਨੇ, ਅਡਾਨੀ ਗਰੁੱਪ ਦੇ ਅਧੀਨ ਜਿਹੜੀਆਂ 7 ਕੰਪਨੀਆਂ ਚੱਲਦੀਆਂ ਨੇ, ਅਤੇ ਉਹਨਾਂ ਦੇ ਉੱਤੇ ਕਹਿੰਦੇ ਬਹੁਤ ਜ਼ਿਆਦਾ ਕਰਜ਼ਾ ਹੈ। ਰਿਪੋਰਟ ਕਹਿੰਦੀ ਕਿ ਪੂਰੀ ਤਰ੍ਹਾਂ ਕਰਜ਼ੇ 'ਚ ਡੁੱਬੀਆਂ ਨੇ। ਗਰੁੱਪ ਦੀ ਸਾਰੀ ਕੰਪਨੀਆਂ ਦੇ ਸ਼ੇਅਰ 85% ਤੋਂ ਜ਼ਿਆਦਾ ਓਵਰ ਵੈਲਿਊ ਨੇ, ਮਤਲਬ ਜਿੰਨੀ ਉਹਨਾਂ ਦੀ ਵੈਲਿਊ ਹੋਣੀ ਚਾਹੀਦੀ ਆ ਉਹਦੇ ਨਾਲੋਂ 85% ਜ਼ਿਆਦਾ ਵੈਲਿਊ ਦਿਖਾਈ ਜਾ ਰਹੀ ਆ, ਓਵਰਡ ਵੈਲਿਊ ਨੇ। ਅਡਾਨੀ ਗਰੁੱਪ ਨੇ ਸ਼ੇਅਰਾਂ ਵਿੱਚ ਹੇਰਾਫੇਰੀ ਕੀਤੀ ਆ, ਖੇਡ ਹੈ ਕਹਿੰਦੇ ਸਾਰਾ, ਅਕਾਊਂਟਿੰਗ ਵਿੱਚ ਧੋਖਾਧੜੀ ਕੀਤੀ ਗਈ ਹੈ। ਅਡਾਨੀ ਗਰੁੱਪ ਕਈ ਦਹਾਕਿਆਂ ਤੋਂ ਮਾਰਕੀਟ ਦੇ ਵਿੱਚ ਮੈਨੂਪਲੇਸ਼ਨ, ਅਕਾਊਂਟਿੰਗ ਫਰੋਡ ਅਤੇ ਮਨੀ ਲਾਂਡਰਿੰਗ ਕਰਦਾ ਆ ਰਿਹਾ। ਸੋ ਜੀ ਇਹ ਰਿਪੋਰਟ ਉਹਦੇ ਉੱਤੇ ਮੈਨੂਪਲੇਸ਼ਨ ਦਾ ਵੀ ਕੰਮ ਦੋਸ਼ ਲਾਉਂਦੀ ਆ, ਇਹ ਉਹਦੇ ਪਰ ਅਕਾਊਂਟਿੰਗ ਫਰੋਡ ਦਾ ਵੀ, ਖਾਤਿਆਂ 'ਚ ਹੇਰਾਫੇਰੀ ਦਾ ਦੋਸ਼ ਵੀ ਲਾਉਂਦੀ ਆ ਅਤੇ ਮਨੀ ਲਾਂਡਰਿੰਗ ਦਾ ਦੋਸ਼ ਵੀ ਲਾਉਂਦੀ ਆ। ਅਤੇ ਕਹਿੰਦੀ ਇਸ ਤਰ੍ਹਾਂ ਜਿਹੜੀ ਮਾਰਕੀਟ ਵੈਲਿਊ ਦਿਖਾਈ ਜਾ ਰਹੀ ਹੈ ਅਡਾਨੀ ਦੇ ਸ਼ੇਅਰਾਂ ਦੀ, ਉਹ 'ਚ 85% ਫੇਕ ਹੈ, ਮਤਲਬ ਉਹਦੀ ਚੜ੍ਹਤ ਜੇ ਉਹਦਾ 100 ਰੁਪਈਆ ਰੇਟ ਦਿਖਾਇਆ ਜਾ ਰਿਹਾ ਤਾਂ ਅਸਲ ਦੇ ਵਿੱਚ ਉਹ 15 ਕੁ ਰੁਪਈਏ ਹੀ ਹੈ। ਕਹਿੰਦੇ 85% ਜ਼ਿਆਦਾ ਰੇਟ ਜਾਣ ਕੇ ਵਧਾਇਆ ਹੈਗਾ, ਸੋ ਇਹ ਹਵਾ ਜੀ ਕਹਿੰਦੇ। ਹੁਣ ਇਸ ਰਿਪੋਰਟ ਦੇ ਹਵਾਲੇ ਅਡਾਨੀ ਗਰੁੱਪ 'ਤੇ 3 ਇਫੈਕਟ ਪਏ ਸਿੱਧੇ 3। ਟੋਟਲ ਨੈੱਟਵਰਥ ਉੱਤੇ $96.6 ਬਿਲੀਅਨ, ਯਾਨੀ ਕਿ 7.88 ਲੱਖ ਕਰੋੜ ਰੁਪਈਏ ਰਹਿ ਗਈ। ਜਿਹੜੀ ਉਹਦੀ ਕੁੱਲ ਵੈਲਿਊ ਲਗਭਗ $97 ਬਿਲੀਅਨ ਸੀ, $96.6 ਬਿਲੀਅਨ ਸੀ, ਉਹ ਘੱਟ ਕੇ 7.88 ਲੱਖ ਕਰੋੜ 'ਤੇ ਆ ਗਈ। ਲਓ ਜੀ ਫਿਰ ਅਡਾਨੀ ਇੰਟਰਪ੍ਰਾਈਜ਼ ਲਿਮਿਟਡ ਦਾ 20,000 ਕਰੋੜ ਰੁਪਈਏ ਦਾ ਫੋਲੋਨ ਪਬਲਿਕ ਆਫਰ, ਜਿਹਨੂੰ EPO ਕਹਿੰਦੇ ਨੇ, ਉਹ ਅੱਜ ਲਾਂਚ ਹੋਣਾ ਸੀ, ਤਿਆਰੀ ਸੀ, ਅੱਜ ਮਾਰਕੀਟ 'ਚ ਸ਼ੇਅਰ ਵੇਚਣੇ ਸੀ, ਸ਼ੇਅਰ ਤਾਰਨੇ ਸੀ ਅਤੇ ਹੋਰ ਪੈਸਾ ਇਕੱਠਾ ਕਰਨਾ ਸੀ, ਪਰ ਬੁੱਧਵਾਰ ਦੀ ਆਈ ਰਿਪੋਰਟ ਨੇ ਤਰਸੱਲੀ ਮਚਾਤੀ। ਅਡਾਨੀ ਇੰਟਰਪ੍ਰਾਈਜ਼ ਲਿਮਿਟਡ ਦਾ 20,000 ਕਰੋੜ ਰੁਪਏ ਦਾ ਫੋਲੋਨ ਪਬਲਿਕ ਆਫਰ, ਮਤਲਬ EPO ਅੱਜ ਸ਼ੁੱਕਰਵਾਰ ਨੂੰ ਖੁੱਲ੍ਹਣਾ ਸੀ ਅਤੇ ਉਹਦਾ ਜਿਹੜਾ ਰੇਟ ਸੀ ਉਹ 3,112 ਰੁਪਈਏ ਅਤੇ 3,276 ਰੁਪਈਏ ਪ੍ਰਤੀ ਸ਼ੇਅਰ ਸੀ, ਮਤਲਬ ਮਾਰਕੀਟ ਜਿਸ ਰੇਟ ਨਾਲ ਉਹਨੇ ਤਾਰਨੇ ਸੀ ਉਹ ਤੋਂ ਬਾਅਦ ਬੋਲੀ ਲੱਗਣੀ ਸੀ ਅਤੇ ਕਿੰਨੇ ਵੱਧਦੇ ਆ ਕਿੰਨੇ ਵੱਧ ਤਾਂ ਖਰੀਦੂਂਦੇ ਵੱਖਰੀ ਗੱਲ ਹੈ, ਪਰ ਉਹਨੇ ਜਿਹੜੇ ਜਿਸ ਰੇਟ 'ਤੇ ਖੁੱਲ੍ਹਣੇ ਸੀ ਇਹ ਸ਼ੇਅਰ ਮਾਰਕੀਟ 'ਚ, ਉਹਦਾ ਇੱਕ ਦਾ ਰੇਟ 3,112 ਅਤੇ ਦੂਸਰੇ ਦਾ 3,276 ਰੁਪਈਏ ਪ੍ਰਤੀ ਸ਼ੇਅਰ ਸੀ। ਪਰ ਅੱਜ ਜਿਹੜੀ ਇਹ ਗਿਰਾਵਟ ਆਈ ਬੁੱਧਵਾਰ ਦੀ ਰਿਪੋਰਟ ਆਉਣ ਤੋਂ ਬਾਅਦ ਹੈਡਨਬਰਗ ਦੀ, ਉਸ ਰਿਪੋਰਟ ਤੋਂ ਬਾਅਦ ਅੱਜ ਗਿਰਾਵਟ ਦੇ ਚੱਲਦਿਆਂ ਅਡਾਨੀ ਇੰਟਰਪ੍ਰਾਈਜ਼ ਸ਼ੇਅਰ ਦੇ ਰੇਟ ਬਾਜ਼ਾਰ ਦੇ ਵਿੱਚ 2,768 ਰੁਪਈਏ ਰਹਿ ਗਏ, ਜਿਹੜੇ ਪ੍ਰਤੀ ਸ਼ੇਅਰ ਨੂੰ 3,000 ਤੋਂ ਉੱਪਰ ਵੇਚਣ ਨੂੰ ਫਿਰਦਾ ਸੀ ਉਹਦਾ ਬਾਜ਼ਾਰ 'ਚ ਰੇਟ 2,000 ਰੁਪਈਆ ਰਹਿ ਗਿਆ, 2,768 ਰੁਪਈਏ, ਯਾਨੀ ਕਿ 18% ਉਹ ਵੀ ਗਿਰ ਗਿਆ, ਅਤੇ ਫਿਰ ਕਿਉਂ ਲਊਗਾ ਅਗਲਾ। ਚਲੋ ਜੀ ਹੁਣ ਆ ਜਾਓ ਅਮੀਰਾਂ ਦੀ ਸੂਚੀ। ਕਹਿੰਦੇ ਜੀ ਅਡਾਨੀ ਦੁਨੀਆ ਭਰ ਦੇ ਵਿੱਚ 3 ਨੰਬਰ ਦਾ ਅਮੀਰ, ਲਓ ਜੀ ਭਾਰਤ ਦੀ ਸ਼ਾਖ। ਅਤੇ ਕੁਝ ਲੋਕ ਕਹਿੰਦੇ ਜੀ ਇਹ ਤਾਂ ਮੋਦੀ ਦੇ ਸਾਰੇ ਤਰ ਰਿਹਾ, ਮੋਦੀ ਦੇ ਸਾਰੇ ਮਤਲਬ ਗਵਾਰੇ 'ਚ, ਗਵਾਰਾ ਕਹਿਣ ਨੂੰ ਗਵਾਰਾ ਹੁੰਦਾ ਪਰ ਉਹਦੇ ਅੰਦਰ ਹੁੰਦੀ ਹੈ ਗੈਸ, ਕੀ ਅਡਾਨੀ ਨਾਂ ਦੇ ਗਵਾਰੇ ਦੇ ਅੰਦਰ ਮੋਦੀ ਦੀ ਗੈਸ ਹੈ ਜਾਂ ਮੋਦੀ ਗੈਸ ਹੈ? ਸੋ ਇਹ ਚਰਚਾ ਲੋਕਾਂ 'ਚ ਚੱਲ ਰਹੀ ਹੈ ਕਿ ਮੋਦੀ ਦੇ ਸਹਾਰੇ ਤਰਿਆ, ਮੋਦੀ ਜੀ ਗੁਜਰਾਤ ਤੋਂ ਮੁੱਖ ਮੰਤਰੀ ਤੋਂ ਚੱਲ ਕੇ ਪ੍ਰਧਾਨ ਮੰਤਰੀ ਤੱਕ ਆ ਗਏ ਅਤੇ ਅਡਾਨੀ ਜੀ ਵੀ ਨਾਲੇ ਤਰ ਗਏ, ਇਹ ਵੀ ਗੁਜਰਾਤ ਤੋਂ ਨਿਕਲ ਕੇ ਦਿੱਲੀ ਆ ਗਏ ਅਤੇ ਦਿੱਲੀ ਤੋਂ ਨਿਕਲ ਕੇ ਹੁਣ ਵਿਸ਼ਵ ਦੀ। ਸੋ ਕਰੋਨਾ ਕਾਲ ਦੇ ਵਿੱਚ ਲੋਕਾਂ ਦੇ ਰੁਜ਼ਗਾਰ ਗਏ, ਲੋਕਾਂ ਦੇ ਕੰਮ ਕਾਰ ਗਏ, ਲੋਕਾਂ ਦੇ ਘਰ ਦੇ ਜੀ ਗਏ ਅਤੇ ਇਹਨਾਂ ਦੀ ਆਮਦਨ ਚੌਖੀ ਹੁੰਦੀ ਗਈ, ਇਹਨਾਂ ਦੀ ਆਮਦਨ ਦੱਬ ਕੇ ਵਧੀ ਉਹਨਾਂ ਦੇ ਨਾਲ 'ਚ, ਸੋ ਸਾਰਾ ਖੇਡ ਉੱਥੇ ਖੜਾ। ਸੋ ਹੁਣ ਇਹ ਰਿਪੋਰਟ ਕਹਿੰਦੀ ਹੈ ਫਰੋਡ ਹੈ, ਇਹ ਖਾਤਿਆਂ 'ਚ ਹੇਰਾਫੇਰੀ ਵੀ ਹੈ, ਇਹ ਮਨੀ ਲਾਂਡਰਿੰਗ ਵੀ ਹੈ, ਸੋ ਸਾਰਾ ਕੁਛ ਹੈ। ਅਤੇ ਹੁਣ ਦੁਨੀਆ ਦੇ ਅਮੀਰਾਂ ਦੀ ਸੂਚੀ 'ਚੋਂ ਇਸ ਰਿਪੋਰਟ ਆਉਣ ਤੋਂ ਬਾਅਦ ਥੱਲੇ ਨੂੰ ਡਿੱਗਦੇ ਡਿੱਗਦੇ 7ਵੇਂ ਨੰਬਰ 'ਤੇ ਆ ਗਏ ਜਨਾਬ, ਜਿਹੜੇ 30ਵੇਂ ਨੰਬਰ 'ਤੇ ਸੀ, ਜਿਹੜੇ ਸੁਪਨੇ ਲੈਂਦੇ ਸੀ ਕਿ ਆਉਂਦੇ 2-4 ਦਿਨਾਂ 'ਚ ਸ਼ੇਅਰ ਸ਼ੂਰ ਵੇਚ ਕੇ ਲੈ ਵੀ ਮੈਂ ਤਾਂ 1ਵੇਂ ਨੰਬਰ 'ਤੇ ਕਾਬਜ਼ ਹੋ ਜਾਣਾ। ਹੁਣ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਲਿਸਟ 'ਚ ਅਡਾਨੀ 7ਵੇਂ ਨੰਬਰ 'ਤੇ ਨੇ। 1ਵੇਂ ਨੰਬਰ ਵਾਲੇ ਬੰਦੇ ਦੀ 17.54, ਬਿਲਕੁਲ ਜੀ 25 ਜਨਵਰੀ ਨੂੰ ਇਹਦੀ ਨੈੱਟਵਰਥ ਜਿਹੜੀ ਆਪਾਂ ਦੱਸ ਰਹੇ ਸੀ 9.20 ਲੱਖ ਕਰੋੜ ਸੀ, ਜਿਹੜੀ ਹੁਣ ਅੱਜ 7.88 ਲੱਖ ਕਰੋੜ ਰਹਿ ਗਈ। 1ਵੇਂ ਨੰਬਰ ਦਾ ਜਿਹੜਾ ਬੰਦਾ ਉਹਦੀ 17.54 ਲੱਖ ਕਰੋੜ ਹੈ, 2ਵੇਂ ਨੰਬਰ ਵਾਲੇ ਬੰਦੇ ਦੀ 13.88 ਲੱਖ ਕਰੋੜ ਹੈ, 3ਰੇ ਨੰਬਰ 'ਤੇ ਜਿੱਥੇ ਸੀਗੀ ਹੁਣ ਉੱਥੇ ਜਿਹੜਾ ਬੰਦਾ ਉਹਦੀ 9.99 ਲੱਖ ਕਰੋੜ ਹੋ ਗਈ। ਇਹ 9.20 ਲੱਖ ਕਰੋੜ ਨਾਲ ਉੱਥੇ ਸੀ,
ਉਹਦੇ ਵੱਧ ਗਏ ਤੇ ਇਹਦੇ ਘੱਟਦੇ ਘੱਟਦੇ ਇੰਨੇ ਘਟੇ ਕਿ ਥੱਲੇ ਵਾਲੇ 6 ਹੋਰ ਉੱਡ ਗਏ। ਹੈਂ ਜੀ, ਅਗਲਾ ਜਿਹੜਾ ਹੈਗਾ ਚੌਥੇ ਨੰਬਰ 'ਤੇ ਉਹਦੀ 9.20 ਲੱਖ ਕਰੋੜ ਹੈ। ਜਿਹੜਾ ਪੰਜਵੇਂ ਨੰਬਰ 'ਤੇ ਉਹਦੀ 8.88 ਲੱਖ ਕਰੋੜ ਹੈ। ਜਿਹੜਾ ਛੇਵੇਂ ਨੰਬਰ 'ਤੇ ਹੈ ਉਹਦੀ 8.50 ਲੱਖ ਕਰੋੜ ਹੈ। ਅਤੇ ਸੱਤਵੇਂ ਨੰਬਰ 'ਤੇ ਗੌਤਮ ਅਡਾਨੀ 7.88 ਲੱਖ ਕਰੋੜ 'ਤੇ ਅੱਡ ਗਿਆ, ਜਿਹਦੀ ਜਦੋਂ ਕਿ ਬੁੱਧਵਾਰ ਤੱਕ ਵੈਲਿਊ 9.20 ਲੱਖ ਕਰੋੜ ਸੀ। ਸੋ ਲਓ ਜੀ, ਹੁਣ ਆਹ ਸਥਿਤੀ ਹੈ ਜਨਾਬ ਦੀ। ਅਤੇ 11ਵੇਂ ਨੰਬਰ 'ਤੇ ਮੁਕੇਸ਼ ਅਡਾਨੀ ਹੈ ਜਿਹਦੀ 6.81 ਲੱਖ ਕਰੋੜ ਹੈ। ਚਲੋ ਹੁਣ ਆ ਜਾਈਏ ਗਿਰਾਵਟ ਦੀ। ਜੇਕਰ ਤਾਂ ਮੈਂ ਗੱਲ ਕਰਾਂ ਪਿਛਲੇ 5 ਦਿਨਾਂ ਦੀ ਗਿਰਾਵਟ ਦੀ, ਬੁੱਧਵਾਰ ਨੂੰ ਰਿਪੋਰਟ ਆਉਂਦੀ ਆ, ਫਿਰ ਵੀਰਵਾਰ, ਫਿਰ ਸ਼ੁੱਕਰਵਾਰ, ਇਹ 3 ਦਿਨ ਤਾਂ ਇਹ ਨੇ, ਪਰ ਉਹ ਤੋਂ ਪਹਿਲਾਂ ਔਸਤ ਜਿਹੜੀ ਕੱਢੀ ਗਈ ਉਹ ਪਿਛਲੇ 5 ਦਿਨਾਂ ਦੀ ਹੈ। ਜੇ ਤਾਂ 5 ਦਿਨਾਂ 'ਚ ਵੀ ਲਗਭਗ ਹਰ ਗੌਤਮ ਅਡਾਨੀ ਕੰਪਨੀ ਦੇ ਜਿੰਨੇ ਗਰੁੱਪ ਦੀਆਂ ਕੰਪਨੀ ਨੂੰ ਸਾਰਿਆਂ ਦੀ ਮਾਰਕੀਟ ਡਿੱਗੀ ਆ। ਪਰ ਮੈਂ ਅੱਜ ਦੀ ਉਹ ਗੱਲ ਕਰਦਾ ਜਨਾਬ ਕਿ ਅੱਜ 'ਚ ਇਹਦੀਆਂ ਕਿਹੜੀਆਂ ਕਿਹੜੀਆਂ ਕੰਪਨੀਆਂ ਦੀ ਕਿੰਨੇ ਰੇਟ ਡਿੱਗੇ। ਲਓ ਦੇਖੋ, ਜੇਕਰ ਮੈਂ ਸਭ ਤੋਂ ਵੱਧ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ 20% ਦੇ ਹਵਾਲੇ ਨਾਲ 2 ਕੰਪਨੀਆਂ ਸਿੱਧੀਆਂ ਨੇ ਜਨਾਬ। ਅਡਾਨੀ ਟੋਟਲ ਗੈਸ 20% ਰੇਟ ਡਿੱਗੇ, 20% ਸ਼ੇਅਰ ਗਿਰ ਗਏ ਅੱਜ 'ਚ। ਅਡਾਨੀ ਗ੍ਰੀਨ ਐਨਰਜੀ 20% ਰੇਟ ਡਿੱਗ ਗਏ ਅੱਜ 'ਚ। ਹੋਰ ਛੱਡੋ ਜੀ, ਅੱਗੇ ਆ ਜਾਓ, ਅਡਾਨੀ ਇੰਟਰਪ੍ਰਾਈਜ਼ 18.31% ਰੇਟ ਡਿੱਗ ਗਏ ਅੱਜ ਦੇ ਵਿੱਚ। ਅੱਗੇ ਆ ਜਾਓ ਜਨਾਬ, ਹੋਰ ਪਿਆ ਹਾਲੇ ਤਾਂ ਅਹੂਜਾ ਸਮੈਂਟ ਅਡਾਨੀ ਗਰੁੱਪ ਦਾ ਹਾਲ ਹੀ ਦਿਨਾਂ 'ਚ ਕੰਟਰੋਲ 'ਚ ਆਇਆ, 16.63% ਸ਼ੇਅਰ ਮਾਰਕੀਟ ਅੱਜ ਹੀ ਡਿੱਗੀ ਉਹਦੀ, ਇੱਕ ਦਿਨ 'ਚ 16.63% ਰੇਟ ਡਿੱਗੇ। ਚਲੋ ਹੋਰ ਆ ਜਾਓ, ਅੱਗੇ ਆ ਜਾਓ ਜੀ, ਅਡਾਨੀ ਪੋਰਟਸ, ਅਡਾਨੀ ਦੀਆਂ ਪੋਰਟ ਨੇ, ਕਹਿੰਦੇ ਜੀ ਉੱਥੇ ਚਿੱਟਾ ਵੀ ਮਿਲ ਗਿਆ ਜੀ, ਦੁਨੀਆ ਭਰ ਤੋਂ ਸਭ ਤੋਂ ਵੱਧ ਚਿੱਟਾ ਅਡਾਨੀ ਦੀ ਪੋਰਟ 'ਤੇ ਫੜਿਆ ਗਿਆ। ਅਡਾਨੀ ਪੋਰਟਸ 15.24% ਅੱਜ ਦੇ ਵਿੱਚ ਸ਼ੇਅਰ ਗਿਰੇ। ਅੱਗੇ ਆ ਜਾਓ, ਏ ਸੀ ਸੀ 12.27% ਸ਼ੇਅਰ ਗਿਰੇ ਅੱਜ 'ਚ। ਹੋਰ ਜੀ, ਅਡਾਨੀ ਹੈਂ ਬਿਲਮਰ 5% ਗਿਰ ਗਏ, ਅਡਾਨੀ ਪਾਵਰ 5% ਗਿਰ ਗਏ, NDTV ਦੇ ਹਾਲ ਹੀ 'ਚ ਖਰੀਦੇ ਨੇ 4.99 ਲਗਭਗ 5% ਇੱਥੇ ਵੀ ਗਿਰ ਗਏ। ਸੋ ਜੀ ਲਗਾਤਾਰ ਰੇਟ ਡਿੱਗ ਰਹੇ ਨੇ। ਸੋ ਜਦੋਂ ਕਿ ਅਡਾਨੀ ਪੋਰਟਸ ਦੇ 5 ਦਿਨਾਂ 'ਚ ਪਿਛਲੇ 5 ਦਿਨਾਂ 'ਚ 23% ਦੇ ਕਰੀਬ ਰੇਟ ਡਿੱਗੇ, ਇਸੇ ਤਰ੍ਹਾਂ ਪਿਛਲੇ 5 ਦਿਨਾਂ ਵਿੱਚ ਅਡਾਨੀ ਟੋਟਲ ਗੈਸ ਦੇ ਵੀ 23.5% ਦੇ ਕਰੀਬ 23.28% ਰੇਟ ਡਿੱਗੇ ਪਿਛਲੇ 5 ਦਿਨਾਂ 'ਚ। ਇਸੇ ਤਰ੍ਹਾਂ ਅਡਾਨੀ ਗ੍ਰੀਨ ਐਨਰਜੀ ਦੇ ਪਿਛਲੇ 5 ਦਿਨਾਂ 'ਚ 24.97 ਲਗਭਗ 25% ਰੇਟ ਡਿੱਗੇ। ਸੋ ਆਪਣੇ ਆਪ 'ਚ ਬਹੁਤ ਵੱਡੀ ਗਿਰਾਵਟ। ਇਸੇ ਤਰ੍ਹਾਂ ਅਹੂਜਾ ਸਮੈਂਟ ਦੇ ਪਿਛਲੇ 5 ਦਿਨਾਂ 26% ਤੋਂ ਜ਼ਿਆਦਾ 26.5% ਦੇ ਲਗਭਗ ਰੇਟ ਡਿੱਗੇ। ਇਸੇ ਤਰ੍ਹਾਂ ਅਡਾਨੀ ਇੰਟਰਪ੍ਰਾਈਜ਼ ਦੇ 20% ਤੋਂ ਜ਼ਿਆਦਾ ਰੇਟ ਡਿੱਗੇ, ACC ਦੇ ਵੀ 20%, NDTV ਦੇ ਵੀ 11% ਤੋਂ ਜ਼ਿਆਦਾ। ਸੋ ਹਾਲ ਹੀ 'ਚ ਕੰਟਰੋਲ 'ਚ ਲਿਆ। ਸੋ ਆਹ ਤਾਂ ਹਾਲ ਹੈ ਜੀ। ਬੁੱਧਵਾਰ ਨੂੰ ਅਡਾਨੀ ਟਰਾਂਸਮਿਸ਼ਨ ਦੇ 8.8, ਅਡਾਨੀ ਪੋਰਟਸ ਦੇ 6.13, ਅਡਾਨੀ ਬਿਲਮਰ ਦੇ 4.99, ਅਡਾਨੀ ਪਾਵਰ ਦੇ 4.95, ਅਡਾਨੀ ਟੋਟਲ ਦੇ 3.90, ਅਡਾਨੀ ਗ੍ਰੀਨ ਦੇ 2.34। ਸੋ ਇਹ ਬੁੱਧਵਾਰ ਤੋਂ ਸ਼ੁਰੂ ਹੋ ਗਈ ਗ੍ਰਾਫਟ ਅਤੇ ਜਾਰੀ ਹੈ। ਹੁਣ ਅਮਰੀਕੀ ਰਿਸਰਚ ਫਰਮ ਹੈ ਜਿਹੜੀ ਹੈਡਨਬਰਗ ਦੇ ਖਿਲਾਫ਼ ਸ਼ੇਅਰ ਵਿਕਰੀ ਨੂੰ ਲੈ ਕੇ ਨੁਕਸਾਨ ਦੇ ਮਾਮਲੇ 'ਚ ਅਡਾਨੀ ਗਰੁੱਪ ਕਹਿੰਦਾ ਲੀਗਲ ਰਾਏ ਲੈ ਰਹੇ ਹਾਂ, ਉਹਦੇ 'ਤੇ ਕੇਸ ਕਰਾਂਗੇ, ਉਹਦੇ 'ਤੇ ਕਾਰਵਾਈ ਕਰਾਂਗੇ, ਐਕਸ਼ਨ ਲਵਾਂਗੇ ਕਹਿੰਦੇ। ਅਤੇ ਲੀਗਲ ਐਕਸ਼ਨ ਲੈਣ ਨੂੰ ਲੈ ਕੇ ਹੈਡਨਬਰਗ ਨੇ ਕਿਹਾ, ਕਹਿੰਦਾ ਆ ਜਾਓ ਫਿਰ, ਪੂਰੀ ਤਿਆਰੀ ਹੈ ਮੇਰੀ, ਮੈਂ ਵੀ ਤਿਆਰ ਹਾਂ। ਕਹਿੰਦਾ ਆ ਜਾਓ ਫਿਰ ਅਮਰੀਕਾ 'ਚ ਕੇਸ ਕਰਿਓ, ਫਿਰ ਦੱਸੂੰਗਾ ਮੈਂ। ਸੋ ਉਹ ਵੀ ਕਹਿੰਦਾ ਮੇਰੀ ਪੂਰੀ ਤਿਆਰੀ ਆ, ਅਡਾਨੀ ਗਰੁੱਪ ਕਿਸੇ ਵੀ ਕਾਨੂੰਨੀ ਕਾਰਵਾਈ ਦਾ ਕਹਿੰਦਾ ਸਵਾਗਤ ਕਰਾਂਗੇ, ਆ ਜਾਓ ਦੇਖਦੇ ਹਾਂ ਫਿਰ, ਕਹਿੰਦਾ ਫਿਰ ਇਹਦਾ ਮਤਲਬ ਹੋਰ ਪਰਤਾਂ ਖੁੱਲ੍ਹ ਸਕਦੀਆਂ। ਸੋ ਇਹ ਹੁਣ ਵੱਡਾ ਸਵਾਲ ਖੜ੍ਹਾ ਇਹਦੇ ਹਵਾਲੇ ਨਾਲ ਬੈਂਕਾਂ ਦੀਆਂ, ਕਿਉਂਕਿ ਪੈਸਾ ਕਿਹਦਾ, ਜਿਹੜਾ ਲੋਨ ਲਿਆ ਉਹ ਲੋਕਾਂ ਦਾ ਪੈਸਾ। ਅਤੇ ਕੱਲ੍ਹ ਨੂੰ ਇਹੋ ਜਿਹੇ ਭੱਜ ਗਏ ਜੀ, ਫਿਰ ਖਤਮ ਹੋ ਗਿਆ ਜੀ, ਸਾਡੇ ਤਾਂ ਦੀਵਾਲੀਆਂ ਨਿਕਲ ਗਿਆ ਜੀ, ਫਿਰ ਭੱਜ ਜਾਓ ਵਿਦੇਸ਼ਾਂ ਨੂੰ, ਅਤੇ ਇੱਥੇ ਬੈਂਕ ਬਰਬਾਦ ਹੋ ਜਾਂਦੇ ਨੇ ਅਤੇ ਲੋਕਾਂ ਦਾ ਪੈਸਾ ਮਰ ਜਾਂਦਾ। ਇਸੇ ਤਰ੍ਹਾਂ ਸ਼ੇਅਰ, ਸੋ ਇਹ ਵੱਡਾ ਸਵਾਲ ਖੜ੍ਹਾ। ਰਾਈਟਰ ਦੇ ਖਬਰ ਦੇ ਮੁਤਾਬਕ ਕਹਿੰਦੇ ਸਿਕਿਉਰਟੀ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਹੁਣ ਅਡਾਨੀ ਗਰੁੱਪ ਉੱਤੇ ਹੈਡਨਬਰਗ ਦੀ ਰਿਪੋਰਟ ਦਾ ਖੋਜ ਪੜਤਾਲ ਕਰੂਗੀ। ਸੋ ਇਹ ਸੇਬੀ ਨੇ ਵੀ ਤਿਆਰੀ ਕਰ ਲਈ ਕਿ ਅਸੀਂ ਵੀ ਖੋਜ ਪੜਤਾਲ। ਇੰਨਾ ਹੀ ਨਹੀਂ, ਸੇਬੀ ਨੇ ਅਡਾਨੀ ਹੋਲਮਰਜ਼ ਡੀਲ ਦੇ ਵਿੱਚ ਇਸਤੇਮਾਲ ਹੋਏ SPV ਦਾ ਬਿਊਰਾ ਵੀ ਮੰਗ ਲਿਆ, ਉਹਦੀ ਜਾਣਕਾਰੀ ਵੀ ਮੰਗ ਲਈ ਹੈ। ਸੇਬੀ ਨੇ ਪਿਛਲੇ 1 ਸਾਲ ਤੋਂ ਅਡਾਨੀ ਗਰੁੱਪ ਵੱਲੋਂ ਕੀਤੀ ਗਈਆਂ ਸਾਰੀਆਂ ਡੀਲ ਦੀ ਜਾਂਚ ਤੇਜ਼ ਕਰ ਦਿੱਤੀ ਆ, ਸਾਰੀਆਂ ਡੀਲਾਂ ਨੂੰ ਕਹਿੰਦੇ ਪੜਚੋਲ ਕਰਾਂਗੇ। ਰਾਈਟਰ ਦੀ ਰਿਪੋਰਟ ਹੈ, ਏਜੰਸੀ ਦੀ ਰਿਪੋਰਟ ਹੈ, ਉਹਦੇ ਮੁਤਾਬਕ ਲਿਸਟਡ ਸਪੇਸ ਵਿੱਚ ਅਡਾਨੀ ਗਰੁੱਪ ਵੱਲੋਂ ਜਿੰਨੇ ਵੀ ਟ੍ਰਾਂਜੈਕਸ਼ਨ ਹੋਏ ਨੇ, ਸੇਬੀ ਉਹਨਾਂ ਸਾਰੀਆਂ ਟ੍ਰਾਂਜੈਕਸ਼ਨਾਂ ਦੀ ਜਾਂਚ ਕਰੂਗੀ ਅਤੇ ਜਾਂਚ ਪਹਿਲਾਂ ਤੋਂ ਤੇਜ਼ ਹੋਊਗੀ। ਬਸ ਸਵਾਲ ਇਹ ਹੈ ਕਿ ਜਨਾਬ ਜਾਂਚ ਨਿਰਪੱਖ ਕਰ ਲਿਓ ਬਸ, ਰਿਪੋਰਟ ਦੇ ਹਵਾਲੇ ਨਾਲ ਵੀ ਅਤੇ ਦੇਸ਼ ਦੇ ਹਵਾਲੇ ਨਾਲ ਵੀ, ਦੇਸ਼ ਦੇ ਨਾਗਰਿਕਾਂ ਨੂੰ। ਪਰ ਜੀ
दुध चढ़ाया सी, पतीला रख्या सी गैस ते कि मलाई आऊगी, इधर दुधे फट गया। गवारा फुलाया सी कि सब तो बड़ा गवारा, पर गवारा फट गया। नहीं जनाब, गवारियां दुध दी गल्लां छड्डो। गौतम अडानी जिहड़ा दुनिया दे विच तीजे नंबर ते सी सब तो अमीरां च, वह सत्तवें नंबर ते आ डिग गया ते लखां करोड़ां दा इन्वेस्टरां नूं भी नुकसान ते उहदी कंपनी नूं नुकसान। सो पता नहीं, दिल्ली किसान अंदोलन दौरान खूब चर्चा चली सी, अवानी अडानी अवानी अडानी। सो उपर वाली दी भी कोई दरगाह हुंदी है जी, सो उत्थे तां इंसाफ हुंदा ही हुंदा। चलो खेड जारी है, पर खबरां भी जारी ने जनाब। जेकर खबरां दी गल करिए होवे, अजकल चर्चा डेरा सिरसा मुखी गुरमीत सिंह राम रहीम दी भी खूब है। कदे वो अपनी पैरोल नूं लैके, कदे वो अपनी गतिविधियां नूं लैके, कदे उहनां ते सजावां, चाहे वह बलात्कार का केस होवे, चाहे वह मतलब कतल का केस होवे, पत्रकार छत्रपति का 20-20 साल की सज़ा, तो फिर अचानक सरकार की मेहरबानी 55 दिनों ही दूसरी बार 40 दिन की पेरोल है। पहला 2022 दे विच ही 4 बार पेरोल। सो बड़ा सवाल उठता कि बार बार पेरोल क्यों मिलती है जी, कदे 21 दिनों की, कदे 30 दिनों की, कदे 40 दिनों की, फिर 40 दिनों की। सो चर्चा खूब है, तो ये सब के दरम्यान ही चर्चा आती है कि लो जी सज़ा माफ़ी, कि आज़ादी अमृत महोत्सव के नाते डेरा सिरसा मुखी की जी सज़ा माफ़ी, कहिंदे जी उन्हूं 3 महीनों की सज़ा माफ़ होगी 90 दिनों की। पर जनाब विवाद कलेस पंगे पिछा नहीं छड़दे, कहिंदे डेरा सिरसा मुखी दे। हुण होया की, डेरा सिरसा मुखी जी कहिंदे जी लोगों नूं ऑरगैनिक खेती है, वेस्ट चीज़ां की संभाल, उन्हां दी वरतों, इहो जिहे फार्मूले सवेरे सवेरे ट्रैकसूट पा के 26 जनवरी तक दिन पहलां समझा रहे थी, ते उह समझाउण दे चक्कर च इक बोतल चक्री, जिहदा बोतल दा उपरला ढक्कण जिवें हुंदा है, जिते उपरला हिस्सा है वह तकोणा जिहा वड्डिया होया, थल्ले वाली बोतल फ्लैट हैगी है, ते उहनूं रंग कीता 3 रंग, ते उह 3 रंग तिरंगे वाले रंग ने जनाब। ते उह तिरंगे दे रंगां दे विच रंगी हुई बोतल अपना प्रवचन जिहा देख के भगा के सुट्टी, ते आप ही उह वीडियो अपलोड करती, तो मुद्दा बन गया जनाब। मुद्दा बनया तो डेरा सिरसा मुखी गुरमीत सिंह राम रहीम ने उस अपनी गलती नूं मनन दी बजाए, उहदी माफ़ी मंगण दी बजाए दो फार्मूले कढ़े। पहला फार्मूला, सवेरे घटना वापरी, दुपहर जे नूं सवेरे तो बाद जद आश्रम लाया, अपना सम्मेलन चलाया, तां उस च प्रवचन दिंदे की कहिंदे ने, बच्चो तिरंगे दा अपमान नहीं करना, तिरंगा किसी चीज़ ते नहीं बनाउणा, हाँ उहदे रंग वरतो, रंग ने, जेकर तुसीं उहदे पर अशोक चक्कर बना लोगे फिर उहनूं किते सिट्टोगे फिर उहदा अपमान हुंदा, इसलिए अशोक चक्कर नहीं बनाउणा, हाँ रंग ने, रंगा दा की है, वह तो इक्को सार दे रंग हुंदे ने। सो इसलिए मैं तुहानूं दसना चाहुंदा, इस फार्मूले नूं समझाउण लगे, मतलब गलती नहीं मन्नी कि मेरे तो गलती हो गई, उहनूं ऐं जचाउण दी कोशिश कीती कि उह तिरंगा नहीं सी। सवाल तिरंगे दा नहीं, सवाल भावना दा जनाब। तो फिर इस तरह अपनी गलती लुकाउण की कोशिश की, छुपाउण की कोशिश की, माफ़ी मंगण की थां कोताही मनण की थां। चलो जी, फिर उस तो बाद अपनी मूँह बोली धी नूं भी तिरंगा फड़ाता, आप भी तिरंगा फड़ लिया, फिर सौं भी चुक लिया कि असी देश नूं नशा मुक्त करांगे, असी मुहिम चलावांगे, फिर ये तरीके नाल भी अपने आप नूं तिरंगे प्रति सन्मान। पर सवाल है जनाब मेरा, इत्थे किसी रैली दे विच, किसी प्रदर्शन दे विच, किसी खिडारी तो कदे तिरंगा पुट्ठा फड़ हो जाए, कदे सीधा फड़ हो जाए, कितने कोताही नाल गिर जाए, हाँ शरारत करता जिहड़ा, जिहड़ा तेरा अपमान करता उहदे ते कारवाई करो, पर जो अजिहा कुछ हुंदा तद भी विरोधी धिरां सरकारां हैं बंदा देख के उहदे ते, खिलाड़ियों की भी फोटोआं कई बार इस तरीके नाल, देखो जी लत्तां कीतियां तिरंगे कन्नी, वह खिंचण दा एंगल फोटो इहो जिहा हुंदा कि ऐं लगदा जिवें तिरंगे कन्नी लत्तां ही होण। सो इस तरह दीआं फोटोआं भी सामने आउंदियां ने, तो उहदा रौला भी पैंदा रहा। पर जनाब इन्हां नूं अजे तां 48 घंटे हो गए कि आ दिखा के ऐ सिटी, सब ने देखी, वो वीडियो चल रही है सोशल मीडिया से, शायद हरियाणा पुलिस को नज़र ना आई हो सकता, यूपी पुलिस को नज़र ना आई हो सकता, खट्टर साहब को नज़र ना आई हो सकता, जोगी जी को नज़र ना आई हो सकता, देशभगत मोदी जी को नज़र ना आया हो। सो जनाब कितने है देशभगती, करो कार्रवाई, पर तुसी क्यों करनी, तुसी तां पैरोल ते देना हुंदा, तुसी तां सज़ा माफ़ी करनी हुंदी है। सो बलात्कार के दोषां च जिहड़ा बंदा अंदर है, कतल के दोषां च जिहड़ा बंदा अंदर है, उन्हों तुसी पैरोल दिंदे हो। तो इधर पंजाब दीआं सरहदां दे उत्ते एक अंदोलन चल रहा है बंदी सिंघां दी रिहाई लई, तो वह मनुखी अधिकारां दा अंदोलन बनता जा रहा कि भाई जिन्हें अपनियां सजावां पूरियां कर लिया, जिसनों अदालत ने यह मन लिया कि गुनाहगार है, इसने इस काम च गुनाह किया, गलती की, बेशक वह मूवमेंट का एक वक्खरा हवाला हुंदा, एक वक्खरा गुनाह वक्खरा हुंदा, पर फिर भी इसनों इस रूप च भी मन के जेकर अदालत ने कोई सज़ा देती, वह सज़ा पूरी होने तो बाद भी उन्हां दी रिहाई नहीं,
ते इधर बाबे दी पैरोल ते पैरोल मौजां ते मौजां ते कदे पैरोल मिल गई कदे सज़ा माफ़ हो गई ते हुण तिरंगे दे अपमान ते भी कोई सवाल नहीं करता। सो सवाल तो रहूगा जनाब। चलो जांदे जांदे गल इक पंजाब च चल रहे नवें पहलू दी एफीडेविट देना भी पैंदा लेना भी पैंदा है समझौतियां च लिखना भी पैंदा है हैं कोई किसी के नाते चीज़ करनी है हैं किसी दसना कि हाँ मैं अपना हिस्सा माँ नूं छड्या प्यो नूं छड्या भरा नूं छड्या भैन नूं छड्या हाँ जां कुछ इहो जिहा तो सारा कुछ चलता जनाब एफीडेविट। तो आप कहेंगे इस की गल नवी जनाब हुण पंजाब च ना एफीडेविट ऑनलाइन हो गए भगवंत मान सरकार ने एफीडेविट सिस्टम ऑनलाइन करता तो पर इस दे बावजूद कहिंदे पंजाब च ज़्यादातर थावां दे उत्ते सारियां थावां दे मैं नहीं कहिंदा सारे व्यक्तियों मैं प्रश्न नहीं कहिंदा सारे सिस्टम नूं मैं प्रश्न नहीं कहिंदा पर ज़्यादातर थावां दे उत्ते पुराने एफीडेविटां ने नवें विवाद खड़े करते पुराने एफीडेविटां दे सारे नवीं कमाई हो रही है पुराने एफीडेविटां दे सारे नवें नोट छापे जा रहे हैं। हुण तुसीं कहोगे की है जी। चलो पहला मैं तुहाडे हवाले नाल इह जानना चाहुंदा हुण तुसीं याद करो जे तुसीं कदे एफीडेविट लिया होवे कदे दित्ता होवे कोर्ट कचहरी भाई पंजाब वाले बंदे पिंडां वाले बंदे शहरां वाले बंदे जिहड़े कस्बियां वर्गा साडा शहर ने सो इह किवें हो सकदा कोर्ट कचहरी कदे जाणा ना पिया होवे जवाक लई कदे कुछ बनाउणा कदे भरा लई कुछ बनाउणा कदे जमीन दा मसला कदे दुकान दा मसला कदे घर दा मसला एफीडेविट तां चलदा ही है। हुण तुसीं जिहतों एफीडेविट लैंदे हो उहने इक रजिस्टर लाया हुंदा उह रजिस्टर ते नोट करदा इक नंबर एफीडेविट दा फिर तरीक फिर जिहदे नाँ ते लिया उहदा नाँ फिर उहदा पता फिर काहदे काम लई लिया ओह फिर दस्तखत भी कराउंदा चाहे दस्तखत पुठे पासेओं करा लैंदा कि उधरों ही करदे भी ते फिर उही कुछ अपने एफीडेविट दे पिछले पासे नोट भी करदा सी इदां ही हुंदा सी। हुण उह जिहड़े रजिस्टर ते नोट करदा ना उह फोल के देख लिओ कि जिथे आ के रजिस्टर दा पेज मुकदा पन्ना खत्म हुंदा अगला पन्ना थल्लण तों पहलां अखीरली इक जां दो लाइनां उह छड दिंदे ने तो वह थले भी फिर खाली पट्टी भी पई होंगी लाइना तो बाद भी थले थोड़ा जा हिस्सा खाली होंगे रजिस्टर से वो अक्सर थोनू एक लाइन दो लाइन तो वह खाली थान खाली हो मिलेगी तो एफीडेविट अगले पेज तो शुरू हो जाता। हुण जिन्हें पिछलियां तरीकों च एफीडेविट लेना जिन्हों लगता कि यार पंगा हो गया यार पिछली तरीक च आप साबित करना कि साड़ा तो पिछली तरीक निबड़ गया मामला ज मैं कह कि बापू जो जीता सगा हैं उस तरीक दे विच उहने लिख के दिता सी कि मैं जिहड़ा मुंडा साडा पिंड रहिंदा पंजाब रहिंदा उसे नूं मैं अपना सारा कुछ दे के जाना बाली वारस बाहरलिआं नूं कोई हिस्सा नहीं देना कोई पिछली तरीक च करना जां कोई समझौता दिखाउणा कोई कितें जाण आउण दा दिखाउणा जां फैसला होया दिखाउणा तां पिछली तरीक जदों एफीडेविट लैण जाणा तां फिर उह खेड चलदा उह खाली थां फिर कम आउंदी आ फिर उह पिछलियां तरीकां दे हिसाब नाल उत्थे वाला पा के उत्थे जारी कर दिता जांदा। चलो इह आ कि भाई 10 वाला एफीडेविट 50 दा मिल जांदा होऊगा 100 वाला एफीडेविट 200 का मिल जाता होगा पर खेड तो खेड सी ना पर हुण ऑनलाइन ने एफीडेविट तो जो ऑनलाइन हो गए फिर पुराने एफीडेविट सारे नवी कमाई बिल्कुल जी चर्चा निकल के आई कि इस मौके पंजाब दे विच 100 वाला एफीडेविट भी 2-2 हज़ार 3-3 हज़ार का बिकता पुराने एफीडेविट जिहड़े अजे भी वेंडरां कोल पए ने 500 वाला एफीडेविट 5 हज़ार तो 10 हज़ार तक बिकता तो कहिंदे जी 200 वाला एफीडेविट भी इस तरह सो 500 रुपये वाला एफीडेविट 10 हज़ार तक बिक रहा कारण कहिंदे जी कोई मरिया नूं जीउंदा दिखा रहा पुराने च कोई जमीना दे समझौते कर रहा अगला कहिंदा कोई ना 2 किलियां का मसला है भाई जी 80 लाख का है 1 किला 40 लाख का 2 किले 80 लाख के पिछे जे 10 हज़ार देना भी भेजवे कोई चक्कर नहीं। सो ये चक्कर कहिंदे कमाई हो रही है सवाल यह कि जेकर ऑनलाइन एफीडेविट शुरू हो गए कि सरकारां ने सारे सरकारी खजाने चो बाकी पुराने एफीडेविट लैके जमा कराए और रजिस्टर लैके जमा कराए जिन्हां दे उत्ते जारी हुंदे सी एफीडेविट जां रजिस्टर भी उन्हां कोल ने ते एफीडेविट भी पुराने बच्चे उन्हां कोल ने ते उह खेड चल रहा जां उन्होंने दिखा दिते कि असीं जारी कर चुके हां ते हुण बाद चों बेच रहे ने यह सवाल है पर एफीडेविट लै लिया तुसीं पुरानी तरीक च तुसीं जो लिखाउणा सी उहदे पर लिखा लिया जो खेड करनी सी खेड कर ली जनाब की कला एफीडेविट बेचण वाले ने 100, 200, 500 वाले एफीडेविट नूं 2000, 5000, 10000 च बेच के कमा लिया जां फिर कमाई होर भी मोटी आ क्योंकि जे तुसीं पुरानी तरीक च एफीडेविट लिया तुसीं कोई उस पर एग्रीमेंट लिखिया कोई समझौता किया कोई किसी नूं मरे नूं जीउंदा दिखाया किसी कोई बंड दिखाई तां फिर उस पर नोटरी की मोहर भी चाहिए आ उहदे ते कोई गवाही भी चाहिए आ कोई सरपंच लंबड़दार दे दस्तखत भी चाहिए ने ते फिर तहसीलदार साहब दे भी सैन कराउंदे होणे तुसीं सो जे हुण नोटरी दस्तखत करेगा पिछली तरीक च पिछले किसी रिस्क लैके कोई सरपंच पंच कोई नंबरदार गवाही पाऊगा पिछली तरीक च रिस्क लैके कोई होर मित्र सज्जन गवाही पाऊगा तो भाई मलाई तो वह भी खाऊगा फिर वह 80 लाख चो
जी हाँ पैसे उत्थे भी लगते होने, जो तहसीलदार ने सैन करने आ मोहर लाउणी आ तां भाई तहसीलदार का कलर्क भी रिकार्ड चढ़ाऊगा, फिर कलर्क भी कुछ पालूगा तो तहसीलदार साहब के भी हिस्से कुछ आता होगा। सो की पंजाब दे विच पुराने एफीडेविटां दे नाल नवी कमाई हो रही है, ये गौर करने की लड़ है। फिर सवाल उत्थे ही खड़ा कि हो सकता सारे कोर्ट कचहरियों इदा ना हो, सारिया तहसीलों सब तहसीलों इदा ना हों, पर जे ज़्यादातर थावां ते हो रहा है या कुछ थावां ते हो रहा तो बड़ा सवाल है कि एफीडेविट बेचण वाला भी एफीडेविट खरीदण वाला भी पुरानिया तरीकों ते मोहरां लाउण वाला भी ते दस्तखत करन वाला भी कौन कौन शक रहा पुरानी एफीडेविटां सारे मलाई जी कौन कौन कर रहा नवी कमाई पुराने एफीडेविटां सारे, ये गौर करन दी लोड़ है। सो तुसीं देखदे रहो लिबरल टीवी, लोगों की आवाज़ लोगों लई।